ਤੇਰੇ ਵਰਗੇ ਅਮਰੀਕਾ ਕੈਨੇਡਾ ਜਾ ਕੇ ਜੂਠੇ ਭਾਂਡੇ ਮਾਜ ਲੈਣਗੇ ਤੇ ਇੱਥੇ ਚਪੜਾਸੀ ਦੀ ਨੌਕਰੀ ਲਈ ਬੇਇੱਜ਼ਤੀ ਸਮਝਦੇ ਹੋ? ਤੁਸੀਂ ਇੱਕ ਗੱਲ ਦਿਮਾਗ 'ਚ ਬਿਠਾ ਲਓ ਵੀ ਇਸ ਮੁਲਕ 'ਚ ਨਾ ਹੁਣ ਪੜ੍ਹਨਾ ਸੌਖਾ ਤੇ ਨਾ ਨੌਕਰੀ ਲੱਗਣੀ। ਮੈਂ ਗੱਭਰੂ ਦੇਸ਼ ਪੰਜਾਬ ਦਾ, ਮੇਰੇ ਹੱਥ 'ਚ ਆਈ ਫੋਨ, ਮੈਨੂੰ ਡਾਟਾ ਦਿੰਦੇ ਰੱਜ ਕੇ, ਮੈਨੂੰ ਡਾਟਾ ਦਿੰਦੇ ਰੱਜ ਕੇ, ਤਾਂ ਹੀ ਚੁੱਕੀ ਰਹਿੰਦੀ ਆ ਧੌਣ। ਮੈਂ ਕਿਧਰੇ ਹੱਕ ਨਾ ਆਪਣੇ ਮੰਗ ਲਾਂ, ਜਿਉਣ ਦੀ ਰੀਝ ਛੱਡਤੀ, ਠੇਕੇ ਦੀ ਪੀਣੀ ਛੱਡਤੀ, ਨੌਕਰੀ ਦੀ ਆਸ ਛੱਡਤੀ। ਮੁੰਡੇ ਕੁੜੀਆਂ ਮੇਰੇ ਨਾਲ ਦੇ, ਜਿਹੜੇ ਚੰਗਾ ਫਿਊਚਰ ਭਾਲਦੇ, ਓਪਰਚੁਨਿਟੀ ਫਾਲੋ ਕਰਦੇ ਕਰਦੇ ਮੁਲਕ ਚਲੇ ਗਏ। ਬਸ ਨੀ ਚੱਲਦਾ ਜੀ, ਨਹੀਂ ਤਾਂ ਦੇਸ਼ ਨੂੰ ਢਾਹ ਕੇ ਨਾ ਨਵੇਂ ਸਿਰਿਓਂ ਬਣਾ ਦੇ। ਮੁੰਡੇ ਕੁੜੀਆਂ ਮੇਰੇ ਨਾਲ ਦੇ, ਜਿਹੜੇ ਚੰਗਾ ਫਿਊਚਰ ਭਾਲਦੇ, ਓਪਰਚੁਨਿਟੀ ਫਾਲੋ ਕਰਦੇ ਕਰਦੇ ਮੁਲਕ ਚਲੇ ਗਏ। ਤਾਰੇ ਤੋੜਦਾ ਹੁੰਦਾ ਸੀ, ਹੁਣ ਡੱਕਾ ਨਹੀਂ ਤੋੜਦਾ। ਲੀਡਰ ਮੇਰੇ ਦੇਸ਼ ਦੇ, ਵੋਟਾਂ ਬਿਨ ਕੁਝ ਨੀ ਦੇਖਦੇ, ਇਹਨਾਂ ਆਪਣੇ ਬੱਚੇ ਸੈੱਟ ਕਰ ਲਏ, ਸਾਡੇ ਯੂਥ ਨੂੰ ਚਿੱਟਾ ਵੇਚ ਦੇ। ਲੀਡਰ ਮੇਰੇ ਦੇਸ਼ ਦੇ, ਵੋਟਾਂ ਬਿਨ ਕੁਝ ਨੀ ਦੇਖਦੇ, ਇਹਨਾਂ ਆਪਣੇ ਬੱਚੇ ਸੈੱਟ ਕਰ ਲਏ, ਸਾਡੇ ਯੂਥ ਨੂੰ ਚਿੱਟਾ ਵੇਚ। ਸਾਨੂੰ ਕਹਿ ਕੇ ਕਹਿ ਲੈ ਫੋਰਨੀਆਂ, ਸਾਨੂੰ ਕਹਿ ਕੇ ਕਹਿ ਲੈ ਫੋਰਨੀਆਂ, ਮੈਂ ਕਿਸੇ ਕੋ ਲੱਗੇ ਬਣਾਉਣ ਨੀ, ਮੈਂ ਅੰਨਾ ਪੈਂਦਾ ਖਾਣਾ ਪੈਂਦਾ ਲੜਨਾ ਪੈਂਦਾ ਡਿੱਗਣਾ ਨੀ।